ਯੂਬਾ ਸਿਟੀ ਤੋਂ ਅਗਲੀ ਖਬਰ ਹੈ ਜਿੱਥੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਗੁਰਦੁਆਰਾ ਟਾਇਰਾ ਬਿਓਨਾ ਦੀ ਮੈਂਬਰਸ਼ਿਪ 28 ਫਰਵਰੀ ਨੂੰ ਕਰਵਾਉਣ ਦਾ ਯੂਬਾ ਸਿਟੀ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਹੈ 28 ਫਰਵਰੀ ਨੂੰ ਇਹ ਮੀਟਿੰਗ ਸਵੇਰੇ 9 ਵਜੇ ਸ਼ੁਰੂ ਹੋਵੇਗੀ ਕਾਬਜ਼ ਬੋਰਡ ਦੇ ਭਵਿੱਖ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਜਾਏਗਾ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮੈਂਬਰਸ਼ਿਪ ਮੀਟਿੰਗ 29 ਫਰਵਰੀ ਤੋਂ ਪਹਿਲਾਂ ਕਰਵਾਉਣ ਦਾ ਫੈਸਲਾ ਸੁਣਾਇਆ ਸੀ ਕੋਰਮ ਪੂਰਾ ਹੋਣਾ ਯਾਨੀ ਕਿ ਕੋਈ ਮਿੱਥੀ ਹੋਈ ਸੰਗਤ ਦੀ ਗਿਣਤੀ ਦੀ ਕੋਈ ਸ਼ਰਤ ਨਹੀਂ ਹੋਵੇਗੀ ਉਪਸਥਿਤ ਸੰਗਤ ਦੇ ਵਿੱਚੋਂ ਬਹੁ ਗਿਣਤੀ ਦਾ ਫੈਸਲਾ ਮੰਨਿਆ ਜਾ ਫਿਲਹਾਲ ਮੈਂਬਰਸ਼ਿਪ ਮੀਟਿੰਗ ਦੀਆਂ ਤਿਆਰੀਆਂ ਦੋਹਾਂ ਤਰ੍ਹਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ